ਤੁਕਲ ਤੋਂ ਜ਼ਿਕਰੋ ਸੰਚਾਰ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਇੱਕ ਖਾਸ ਮੁਲਾਕਾਤ ਦੇ ਵਿੱਚ ਖਾਸ ਸ਼ਖਸੀਅਤਾਂ ਦੇ ਨਾਲ ਜਿੱਥੇ ਮੁਲਾਕਾਤ ਹੋਣੀ ਹੈ ਉੱਥੇ ਇੱਕ ਇਨਫਾਰਮੇਸ਼ਨ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਲਗਭਗ 2 ਸਾਲ ਅਸੀਂ ਪੈਂਡੇਮਿਕ ਦੇ ਵਿੱਚ ਰਹੇ ਹਾਂ ਤੇ ਅਸੀਂ ਘਰਾਂ ਦੇ ਵਿੱਚ ਰਹਿ ਕੇ ਆਪਣੇ ਧਾਰਮਿਕ ਪ੍ਰੋਗਰਾਮ ਵੀ ਘਰਾਂ ਦੇ ਵਿੱਚ ਰਹਿ ਕੇ ਸੈਲੀਬ੍ਰੇਟ ਕੀਤੇ ਆ ਤਾਂ ਹੁਣ 2 ਸਾਲਾਂ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਪਾਬੰਦੀਆਂ ਰਿਲੈਕਸ ਹੋ ਰਹੀਆਂ ਨੇ ਨਗਰ ਕੀਰਤਨ ਵੀ ਹੋ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਜਿੱਦੀ ਸਾਰਿਆਂ ਨੂੰ ਤਾਂਗ ਹੁੰਦੀ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਨਗਰ ਕੀਰਤਨ ਗਿੱਲੀ ਐਵੀਨਿਊ ਦੇ ਉੱਤੇ ਗਿੱਲੀ ਗੁਰਦੁਆਰਾ ਸਾਹਿਬ ਦੇ ਵਿੱਚ ਕੱਢਿਆ ਜਾਂਦਾ ਉਹ ਨਗਰ ਕੀਰਤਨ ਇਸ ਸਾਲ ਪੂਰੀ ਖੁੱਲ੍ਹ ਦੇ ਨਾਲ ਬੜੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਸੋ 29 ਤ ਨਗਰ ਕੀਰਤਨ ਤੇ ਨਗਰ ਕੀਰਤਨ ਦੇ ਵਿੱਚ ਕੀਰਤਨ ਦੇ ਲਈ ਪ੍ਰਸਿੱਧ ਗਾਇਕ ਜੋੜੀ ਜਿਹੜੀ ਆ ਉਹ ਜਿਵੇਂ ਕਹਿ ਸਕਦੇ ਆ ਕਿ ਕੀਰਤਨ ਵੀ ਹੋ ਸਕਦਾ ਹੈ ਗੁਰੂ ਮਹਾਰਾਜ ਦੇ ਸ਼ਬਦ ਵੀ ਹੋ ਸਕਦੇ ਆ ਉਹ ਗੋਂ ਦੇ ਲਈ ਪਹੁੰਚੇ ਹੋਏ ਨੇ ਤੁਸੀਂ ਸਾਰੇ ਉਹਨਾਂ ਨੂੰ ਬਖੂਬੀ ਜਾਣਦੇ ਆ ਮੈਂ ਗੱਲ ਕਰ ਰਹੀ ਆ ਮਲਿਕਾ ਜੋਤੀ ਦੀ ਆਓ ਸਵਾਗਤ ਕਰਦੇ ਆ ਤੇ ਗੱਲਬਾਤ ਕਰਦੇ ਆ ਨਗਰ ਕੀਰਤਨ ਦੇ ਬਾਰੇ ਮਲਿਕਾ ਜੀ ਅੰਜੋਤੀ ਜੀ ਸਵਾਗਤ ਹੈ ਜੀ ਦੋਨਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰਸ਼ਦੀਪ ਜੀ ਤੇ ਸੰਜਾ ਟੀਵੀ ਦੇਖ ਰਹੇ ਸਾਰੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਸਾਂਝਾ ਟੀਵੀ ਦੇਖ ਰਹੇ ਸਾਰੇ ਪੰਜਾਬੀਆਂ ਨੂੰ ਮਲਿਕਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਲਿਕਾ ਜੀ ਜੋਤੀ ਜੀ ਜਦੋਂ ਅਸੀਂ ਤੁਹਾਡੇ ਨਾਮ ਲੈਂਦੇ ਹਾਂ ਤੇ ਇਕੱਠਾ ਨਾਮ ਹੀ ਨਾਮ ਲਿਆ ਜਾਂਦਾ ਕੱਲੇ ਮਲਿਕਾ ਨਹੀਂ ਕਿਹਾ ਜਾਂਦਾ ਕੱਲਾ ਜੋਤੀ ਨਹੀਂ ਕਿਹਾ ਜਾਂਦਾ ਜਦੋਂ ਵੀ ਗੱਲ ਹੁੰਦਾ ਮਲਿਕਾ ਜੋਤੀ ਕਈ ਵਾਰ ਤੇ ਲੱਗਦਾ ਹੁੰਦਾ ਜਿਨ੍ਹਾਂ ਨੂੰ ਨਹੀਂ ਪਤਾ ਸ਼ਾਇਦ ਮਲਿਕਾ ਜੋਤੀ ਇੱਕ ਜਾਣਾ ਹੀ ਹੋਣਾ ਹਾਂਜੀ 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 ਦੋਨਾਂ ਦਾ ਸਾਥ ਕਿਸ ਤਰ੍ਹਾਂ ਦਾ ਰਹਿ ਰਿਹਾ ਹੁਣ ਤੱਕ ਬਹੁਤ ਵਧੀਆ ਜੇ ਮੈਂ ਗੱਲ ਕਰਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਮਲਿਕਾ ਜੋਤੀ ਦੋ ਇਕੱਠੇ ਹੀ ਨਾਮ ਲੈਣਾ ਪੈਂਦਾ ਨਾ ਜੇ ਸਾਡੇ ਜਿੱਦਾਂ ਇੰਡੀਆ ਗਰੁੱਪ ਆ ਸਾਡਾ ਮਿਊਜ਼ੀਸ਼ੀਅਨਸ ਗਰੁੱਪ ਜੇ ਮੈਂ ਵੀ ਉਹਨਾਂ ਨੂੰ ਕਦੀ ਕਾਲ ਕਰਾਂ ਤੇ ਮੈਂ ਜੋਤੀ ਬੋਲਦੀ ਇਹਨਾਂ ਨੂੰ ਸਮਝ ਨਹੀਂ ਹੁੰਦੀ ਜੋਤੀ ਕੌਣ ਮੈਨੂੰ ਮਲਿਕਾ ਜੋਤੀ ਕਹਿਣਾ ਪੈਂਦਾ ਕਿਸੇ ਨੂੰ ਮੈਸੇਜ ਵੀ ਕਰਨਾ ਕੱਲਾ ਮਲਿਕਾ ਨਹੀਂ ਲਿਖਦੀ ਮਲਿਕਾ ਲੇਕੇ ਫਿਰ ਮਲਿਕਾ ਜੋਤੀ ਜੋ ਮਲਿਕਾ ਜੋਤੀ ਤੋਂ ਮੈਂ ਮਲਿਕਾ ਹਾਂਜੀ ਸੋ ਕੱਲਿਆਂ ਦਾ ਨਹੀਂ ਪਤਾ ਨਹੀਂ ਵਧੀਆ ਟੀਮ ਵਰਕ ਹੋਣਾ ਚਾਹੀਦਾ ਟੀਮ ਦੇ ਨਾਲ ਹੀ ਜਿਹੜਾ ਅੱਗੇ ਵਧਿਆ ਜਾਂਦਾ ਪਰ ਤੁਹਾਨੂੰ ਜਿਵੇਂ ਆਵਾਜ਼ ਦੀ ਦੁਨੀਆ ਦੇ ਵਿੱਚ ਮਲਿਕਾ ਜੋ ਕੈਨੇਡਾ ਦੇ ਵਿੱਚ ਤੁਸੀਂ ਆਉਂਦੇ ਰਹਿੰਦੇ ਆ ਪਰ ਇਸ ਵਾਰ ਪਹਿਲੀ ਵਾਰ ਤੁਸੀਂ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਰਹੇ ਆ ਕਿਸ ਤਰ੍ਹਾਂ ਲੱਗ ਰਿਹਾ ਪਹਿਲਾਂ ਤਾਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਕਿ ਅਸੀਂ ਫਸਟ ਟਾਈਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸੀਂ ਹਾਜ਼ਰੀ ਲਾਉਣੀ ਆ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਅਸੀਂ ਭਾਗਾਂ ਵਾਲੇ ਸਤਿ ਆਂਦੀਆਂ ਜਿਨ੍ਹਾਂ ਨੂੰ ਕਿ ਪਰਮਾਤਮਾ ਨੇ ਵਾਹਿਗੁਰੂ ਨੇ ਮੌਕਾ ਦਿੱਤਾ ਸਾਨੂੰ ਹਾਜ਼ਰੀ ਲਾਉਣ ਦਾ ਜੀ ਬਿਲਕੁਲ ਸਪੈਸ਼ਲੀ ਅਸੀਂ ਥੈਂਕਸ ਕਰਦੇ ਹਾਂ ਸੁਰਿੰਦਰ ਰੰਗਾ ਜੀ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਬੁਲਾਇਆ ਨਗਰ ਕੀਰਤਨ ਦੇ ਬਹੁਤ ਅਸੀਂ ਮਤਲਬ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ ਕਿਉਂਕਿ ਕੈਨੇਡਾ ਅਸੀਂ ਪਹਿਲਾਂ ਵੀ ਕਾਫੀ ਵਾਰ ਆਏ ਆ ਚਾਰ ਪੰਜ ਵਾਰ ਆ ਚੁੱਕੇ ਹਾਂ ਲੇਕਿਨ ਗੁਰਦੁਆਰਾ ਸਾਹਿਬ ਹਾਜ਼ਰੀ ਲਵਾਉਣ ਦਾ ਮੌਕਾ ਨਹੀਂ ਮਿਲਿਆ ਜੀ ਬਿਲਕੁਲ ਇਸ ਵਾਰ ਅਸੀਂ ਇਹ ਇਹ ਸਾਨੂੰ ਮੌਕਾ ਮਿਲਿਆ ਗੁਰਦੁਆਰਾ ਸਾਹਿਬ ਹਾਜ਼ਰੀ ਲਵਾਉਣ ਦਾ ਜੀ ਬਿਲਕੁਲ ਇਸ ਤੋਂ ਵੱਡਾ ਕੋਈ ਮੈਨੂੰ ਲੱਗਦਾ ਵਧੀਆ ਆਪਾਂ ਵਧੀਆ ਕਰਮ ਕੀਤੇ ਹੋਣੇ ਆ ਜਦੋਂ ਅਸੀਂ ਜਨ ਨਗਰ ਕੀਰਤਨ ਦਾ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਹਾਜ਼ਰ ਹੁੰਦੇ ਆ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਵੀ ਬੜਾ ਇੱਥੇ ਸਾਡੇ ਜਦੋਂ ਅਸੀਂ ਸਾਡੀ ਕਮਿਊਨਿਟੀ ਦੀ ਗੱਲ ਕਰਦੇ ਬਹੁਤ ਮਸ਼ਹੂਰ ਆ ਬਹੁਤ ਜ਼ਿਆਦਾ ਲੋਕ ਉੱਥੇ ਜਾਂਦੇ ਆ ਦਾ ਮਸਤਕ ਹੁੰਦੇ ਆ ਖਾਸ ਕਰਕੇ ਨਗਰ ਕੀਰਤਨ ਜਦੋਂ ਨਗਰ ਕੀਰਤਨ ਹੁੰਦਾ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਂਦੇ ਆ ਸੋ ਥੋੜੀ ਜੀ ਇਨਫਾਰ ਕੀਰਤਨ ਕੇ ਵਿੱਚ ਚੱਲੇਗਾ ਤਾਂ ਕਿ ਧੂਮ ਧਾਮ ਦੇ ਨਾਲ ਹਮ ਹਮਾ ਕੇ ਹਾਂ ਜੀ ਅਸੀਂ ਐਕਚੁਅਲੀ ਅਸੀਂ ਫਸਟ ਟਾਈਮ ਆਏ ਆ ਤੇ ਅਸੀਂ ਇੰਡੀਆ ਵਿੱਚ ਤੇ ਬੜੇ ਨਗਰ ਕੀਰਤਨ ਅਸੀਂ ਅਟੈਂਡ ਕੀਤੇ ਆ ਜਿੱਦਾਂ ਸਾਡੇ ਫਾਦਰ ਸਾਹਿਬ ਮੀਤ ਮਾਤਰੀ ਉਹਨਾਂ ਦੀ ਕਿਤਾਬ ਵੀ ਛਪੀ ਆ ਕਾਸ਼ੀ ਵਿੱਚ ਆਇਆ ਸ਼ੈਨ ਸ਼ਾਮਾਤਾ ਕਲਸਰੀ ਅੱਖੀਆਂ ਦਾ ਤਾਰਾ ਗੁਰੂ ਰਵਿਦਾਸ ਜੀ ਦੇ ਤੇ ਫਸਟ ਟਾਈਮ ਅਟੈਂਡ ਕਰ ਰਹੇ ਆ ਬੜੀ ਖੁਸ਼ੀ ਆ ਦੇਖੋ ਕਿ ਮਾਹੌਲ ਮਿਲਦਾ ਵੇਖਣ ਨੂੰ ਸੰਗਤਾਂ ਨੂੰ ਅਸੀਂ ਹਾਥ ਛੋੜ ਕੇ ਬੇਨਤੀ ਕਰਦੇ ਕਿ ਗੁਰੂ ਜੀ ਦੇ ਚਰਨਾਂ 'ਚ ਜ਼ਰੂਰ ਹਾਜ਼ਰੀ ਲਵਾਇਓ ਸਾਡੇ ਜਿੰਨੀ ਵੀ ਸੰਗਤ ਆ ਸੋ ਖੁਸ਼ੀ ਵਾਲੀ ਗੱਲ ਆ ਭਾਗਾ ਵਾਲਿਆਂ ਜਿਨ੍ਹਾਂ ਨੇ ਹਾਂਜੀ ਉੱਥੇ ਹੋਰ ਵੀ ਆਰਟਿਸਟ ਆ ਰਹੇ ਨੇ ਅਸੀਂ ਵੀ ਹਾਜ਼ਰੀ ਲਵਾਉਣੀ ਹੈ ਹੋਰ ਵੀ ਆਰਟਿਸਟ ਆ ਰਹੇ ਨੇ ਜੀ ਬਿਲਕੁਲ 13ਵਾਂ ਨਗਰ ਕੀਰਤਨ ਹੋ ਰਿਹਾ ਹੈਗਾ ਸੋ ਇੱਕ ਇਹ ਵੀ ਬੜਾ ਵਧੀਆ ਜਿਵੇਂ 13ਵਾਂ ਜਿਹੜਾ ਨਗਰ ਕੀਰਤਨ ਹੈਗਾ ਸੋ ਬਹੁਤ ਲੋਕ ਪਹੁੰਚਦੇ ਵੀ ਆ ਉਸ ਦਿਨ ਵੀ ਜ਼ਰੂਰ ਪਹੁੰਚਣਗੇ ਅਸੀਂ ਵੀ ਸਾਰੇ ਵਿਊਅਰਸ ਨੂੰ ਜਿਹੜਾ ਉਹ ਕਹਿੰਦੇ ਆ ਕਿ ਹਮ ਹਮਾ ਕੇ ਪਹੁੰਚਿਆ ਜਾਵੇ ਸੰਡੇ ਦਾ ਦਿਨ ਆ ਦਿਨ ਸੁਹਣਾ ਆ ਹਾਂਜੀ 29 ਤਰੀਕ ਨੂੰ ਦਿਨ ਸੰਡੇ ਵਾਲਾ ਬਿਲਕੁਲ ਠੰਡੇ ਵਾਲਾ ਦਿਨ ਆ ਤੇ ਨਾਲ ਹੁਣ ਮੌਸਮ ਵੀ ਥੋੜਾ ਜਿਹਾ ਕਰਵਟ ਲੈ ਰਿਹਾ ਹਾਂ ਜੀ ਰਾ ਹਾਂ ਜੀ ਸੋ ਜਿਵੇਂ ਤੁਸੀਂ ਕਹਿਆ ਕਿ ਫਾਦਰ ਸਾਹਿਬ ਨੇ ਵੀ ਲਿਖਿਆ ਤੁਸੀਂ ਵੀ ਗਾਉਂਦੇ ਰਹਿੰਦੇ ਆ ਤਾਂ ਕੋਈ ਬੋਲ ਵੀ ਹੋ ਜਾਣ ਸਾਨੂੰ ਦੱਸੋ ਸੁਣਾ ਸੁਣਾਓ ਥੋੜਾ ਜਿਹਾ ਹਾਂ ਜੀ ਹਾਂ ਜੀ ਜੀ ਸੁਣਾ ਰਹੇ ਹਾਂ ਚੱਤੋਂ ਪੈ ਤੈਨੂੰ ਮੈਂ ਤੇ ਆਵਾਂ ਦਾ ਤਿਆ ਮੇਰੇ ਦਿਲ ਵਿੱਚ ਤੂੰ ਚੱਤੋਂ ਪੈ ਤੈਨੂੰ ਮੈਂ ਤੇ ਆਵਾਂ ਦਾ ਤਿਆ ਮੇਰੇ ਦਿਲ ਵਿੱਚ ਤੂੰ ਸੁਭਾ ਸ਼ਾਮ ਤੇਰਾ ਜਸ ਗਾਵਾਂ ਦਾ ਧਿਆ ਮੇਰੇ ਦਿਲ ਵਿੱਚ ਤੂੰ ਚਤੋਂ ਪੈਰ ਤੈਨੂੰ ਮੈਂ ਤੇ ਆਵਾਂ ਦਾ ਧਿਆ ਮੇਰੇ ਦਿਲ ਵਿੱਚ ਤੂੰ ਮੇਰੇ ਗੁਰੂ ਰਵਿਦਾਸ ਜੀ ਮੈਂ ਹੱਥ ਜੋੜਦਾ ਤੇਰੇ ਆਸਰੇ ਨੂੰ ਫਿਰ ਸਾਰਾ ਜੱਗ ਲੋੜਦਾ ਮੇਰੇ ਗੁਰੂ ਜੀ ਮੈਂ ਹੱਥ ਜੋੜਦਾ ਤੇਰੇ ਆਸਰੇ ਨੂੰ ਫਿਰੇ ਸਾਰਾ ਜੱਗ ਲੋੜਦਾ ਤੇਰੇ ਨਾਂ ਤੋਂ ਬਲ ਹਾਰੇ ਅੱਜ ਜਾਵਾਂ ਦਾ ਤਿਆ ਮੇਰੇ ਦਿਲ ਵਿੱਚ ਤੂੰ ਚਤੋਂ ਪੈਰ ਤੈਨੂੰ ਮੈਂ ਪਿਆਵਾਂ ਦਾ ਤਿਆ ਮੇਰੇ ਦਿਲ ਵਿੱਚ ਤੂੰ ਚਤੋਂ ਪੈਰ ਤੈਨੂੰ ਮੈਂ ਪਿਆਵਾਂ ਦਾ ਤਿਆ ਮੇਰੇ ਦਿਲ ਵਿੱਚ ਤੂੰ ਬਿਲਕੁਲ ਜੀ ਤੁਹਾਡੀ ਆਵਾਜ਼ ਵੀ ਸੋਹਣੀ ਹੈ ਤੇ ਜਦੋਂ ਧਾਰਮਿਕ ਗੀਤ ਹੋਵੇ ਫਿਰ ਉਹਦੇ ਵਰਗੀ ਤਾਂ ਕੋਈ ਰੀਸ ਨਹੀਂ ਹੁੰਦੀ ਹੈਗੀ ਸੋ ਕੋਈ ਹੋਰ ਦੋਕ ਲਾਈਨਾਂ ਜੇ ਸੁਣਾਉਣੀਆਂ ਚਾਹੁੰਦੇ ਹੋਵਾਂ ਤਾਂ ਅਸੀਂ ਉੱਥੇ ਸੁਣਾਵਾਂਗੇ ਅ ਗੁਰੂ ਰਵਿਦਾਸ ਜੀ ਦਾ ਬਹੁਤ ਸਾਰਾ ਮੈਟਰਾ ਸਾਡੇ ਕੋਲ ਤੇ ਐ ਇਹ ਜਿਹੜਾ ਅਸੀਂ ਸ਼ੁਰੂਆਤ ਕੀਤੀ ਆ ਤੇ ਹਾਜ਼ਰੀ ਲਵਾਈ ਆ ਐਕਟੀਵਿਟੀ ਤੇ ਬਾਕੀ ਜਿਹੜੇ ਸ਼ਬਦ ਨੇ ਗੁਰੂ ਰਵਿਦਾਸ ਜੀ ਦੇ ਅਸੀਂ ਨਗਰ ਕੀਰਤਨ ਵਿੱਚ ਸੁਣਾਵਾਂਗੇ ਤੇ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਖੁੱਲਾ ਸੱਦਾ ਹੁਮ ਹਮਾ ਕੇ ਪਹੁੰਚੋ ਤਾਂ ਕਿ ਅਸੀਂ ਇਹ ਸੈਲੀਬ੍ਰੇਸ਼ਨ ਜਿਹੜੀ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਧੂਮ ਧਾਮ ਨਾਲ ਮਨਾ ਸਕੀਏ ਕਿਉਂਕਿ ਕੋਰੋਨਾ ਵਾਇਰਸ ਦੇ ਵਿੱਚ ਅਸੀਂ ਇਹ ਥੋੜਾ ਮੇਰੇ ਖਿਆਲ ਚ ਲੇਟ ਹੋ ਗਿਆ ਤੇ ਕੋਰੋਨਾ ਵਾਇਰਸ ਦੇ ਚੱਕਰ ਦੇ ਵਿੱਚ ਬਹੁਤ ਲੋਕਾਂ ਨੇ ਮਤਲਬ ਮੁਸੀਬਤਾਂ ਚੱਲੀਆਂ ਹੁਣ ਵਾਹਿਗੁਰੂ ਵੱਲੋਂ ਸਭ ਕੁਝ ਠੀਕ ਹੋ ਗਿਆ ਤੇ ਅਸੀਂ ਹੁਮ ਹਮਾ ਕੇ ਨਗਰ ਕੀਰਤਨ ਇੰਜੋਏ ਕਰੀ ਜੀ ਬਿਲਕੁਲ ਤੁਸੀਂ ਕੀ ਕਹੋਗੇ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਜਰੂਰ ਪਹੁੰਚੋ ਜੀ ਬਾਕੀ ਗੁਰੂ ਰਵਿਦਾਸ ਜੀ ਦੇ ਜਿਹੜੇ ਰਚਨਾ ਨੇ ਸਾਡੇ ਕੋਲ ਬਹੁਤ ਪਿਆਰੀਆਂ ਪਿਆਰੀਆਂ ਰਚਨਾ ਨੇ ਅਸੀਂ ਉਮੀਦ ਕਰਦੇ ਹਾਂ ਸਾਡੀ ਸੰਗਤਾਂ ਜਰੂਰ ਨਿਹਾਲ ਹੋਣਗੀ ਗੁਰੂ ਜੀ ਦੀ ਕਿਰਪਾ ਜਰੂਰ ਹੋਗੀ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਹੌਮ ਹੌਮਾ ਕੇ ਪਹੁੰਚੋ ਜੀ ਜੀ ਬਿਲਕੁਲ ਜੀ ਸੋ ਤੁਸੀਂ ਇੱਥੇ ਪਹੁੰਚੇ ਆ ਤੁਹਾਡਾ ਸਵਾਗਤ ਕਰਦੇ ਆ ਜੀ ਅਸੀਂ ਸਾਰੇ ਜਾਣੇ ਸੋ ਅਸੀਂ ਉਮੀਦ ਕਰਦੇ ਆ ਕਿ ਲੋਕ ਉੱਥੇ ਪਹੁੰਚਣਗੇ ਉੱਥੇ ਪਹੁੰਚ ਕੇ ਜਿਹੜਾ ਉਹ ਹੋਰ ਵੀ ਚੀਜ਼ਾਂ ਤੁਹਾਡੇ ਤੋਂ ਸੁਣਨਗੇ ਕਿਉਂਕਿ ਗਾਇਕੀ ਤੁਹਾਡੀ ਬਾਖਮਾਲ ਹੈਗੀ ਹੈ ਸੋ ਨਗਰ ਕੀਰਤਨ ਵੀ ਹੋ ਰਿਹਾ ਸੋ ਧੰਨਵਾਦ ਤੁਹਾਡਾ ਆਉਣ ਦਾ ਇੱਥੇ ਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਥੈਂਕ ਯੂ ਸੋ ਮਚ ਸਤਿਕਾਰ ਸੋ ਮਲਿਕਾ ਐਂਜੋਤੀ ਦੋਨੇ ਪਹੁੰਚੇ ਹੋਏ ਨੇ ਤੇ ਭੁੱਲਿਓ ਨਾ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਿਹੜਾ ਨਗਰ ਕੀਰਤਨ ਹੈ 13ਵਾਂ ਨਗਰ ਕੀਰਤਨ ਮਨਾਇਆ ਜਾ ਰਿਹਾ ਇੱਕ ਵਾਰੀ ਮੈਂ ਫਿਰ ਤੋਂ ਦੱਸਦਾ ਸੰਡੇ ਮਈ 29 29 ਮਈ ਦਿਨ ਐਤਵਾਰ ਨੂੰ 72 73 ਗਲੀ ਐਵੇਨਿਊ ਬਰਨਬੀ ਦੇ ਵਿੱਚ ਇਹ ਹੋਣ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੱਥੇ ਕੋਹ ਗੁਰਦੁਆਰਾ ਸਾਹਿਬ ਹੈਗਾ ਤੇ ਇੱਕ ਵਾਰੀ ਫਿਰ ਦੱਸ ਦਵਾਂ ਕਿ 10 ਵਜੇ ਭੋਗ ਪਾਇਆ ਜਾਣਾ ਹੈ 12 ਵਜੇ ਨਗਰ ਕੀਰਤਨ ਚੱਲਣਾ ਤੇ 5 ਵਜੇ ਤੱਕ ਇਹ ਨਗਰ ਕੀਰਤਨ ਚੱਲਿਆ ਜਾਏਗਾ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ ਸਟਾਲਸ ਵੀ ਲੱਗ ਤਾਂ ਫੋਨ ਕੀਤਾ ਜਾ ਸਕਦਾ ਹੈ ਤੇ ਜਾਂ ਫਿਰ ਗੁਰਦੁਆਰਾ ਸਾਹਿਬ ਨੂੰ ਵਿਜ਼ਿਟ ਕੀਤਾ ਜਾ ਸਕਦਾ ਹੈ ਇਨਫਰਮੇਸ਼ਨ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸਾਜਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ